हेलो एंड वेलकम टू की हाल चाल। थोड़ा सारा स्वागत है एक होर नवे ब्लॉग दे विच। वीडियो स्टार्ट हो गई। हाँ हो गई हो गई। तो की हाल चाल है मित्रों, थोड़ा सारा स्वागत है नवे ब्लॉग दे विच, वीडियो दे विच। ते अज तां भाई बुरे हाल ही हो गए। रात यार ना लेट सुत्ता, तुहानू पता ब्लॉग ही मैं 1 बजे बनाई जांदा जी रात। ते उस तों बाद मैं जागदा रहा, थंबनेल बना के सुबह ब्लॉग पाउण दे चक्कर च ना मैनू रात 2-3 बज गए ते सर फटन लग गया, सौं गया। ते हुण जदों उठिया 14:17, इट्स मीन 2:17 हो चुके ने भाई। तो हमने ना के आया मैं, मतलब 2 बजे उठ खड़ा ही, नहा नू के आया फ्रैश होके पूरे, हजे भी सर जा फटी जाता। ठंड बहुत ज़्यादा हो गई बाहर, बाहर का सू माहौल तो होंगे बड़ी ज़्यादा ठंड हुई पई है, बुरे हाल ही है। तो अज तक पिंड जाने साधन ही है नहीं, चैरी भी आ देख लो कट्ठी जी हुई पई है, सुती जी पई है। तो खा पी के ढार ना निघी जी हुई बैठी है, इंता ना ही छिड़िए। तो अज मुझे वो जहाँ तो फिर देखते हैं कि करते हैं, ज्यादा पिंड चलते हैं, जहाँ फिर लिया काइट कुइट डाने फिर कोठे से चढ़ के माड़ी जी धुप जी निकलेगा है ना, सवाद जहा लीए यार। तो ट्रैक्टर का काम करना, मैं ट्रैक्टर के पहला टायर चेंज करने जे अपने वाले आ डायनासोर के पाए हुए, सो चेंज करने। सो उस तो बाद ही देखते हैं कि बनता। मित्रों तू चल रहा लक्की वालों, तो हम पतंगा मनी जाना कि वो रही सामने लगा, उतो चक लेने वादू सारे ठीक है। अच लक्की भी ड्राइवरी सिखानी है हम, कूगा मैनू तो आँदी है जो दौड़ा देना सात आठ, फिर आँदी है अच्छे डोरी माड़ी है। मित्रों समान ले लिया अच्छे अभी कट्ठिया, कितनी गाजर लेनी लक्की हुई आप 8 किलो लैनिया तू, तो एक अभी लिया दुध। अज अभी बनावे गजरेला, अज अभी बना के शिप, अज घर अभी सू ब्लॉगों के वरायटी बहुत देख रही है अजक है ना लक्की हुए, बहुत ज्यादा वरायटी दिखा रहे अभी तुम्हें, एक्सपैरीमेंट कर रहे हैं भाई। मैं तो मैं सिक्योरिटी पा के दिखावे ਘਰ ਦੇ ਨੂੰ ਵਕਤ ਪਾਉਂਦੇ ਆ ਜਾ ਕੇ, ਉਹਨਾਂ ਨੂੰ ਪਤਾ ਨਹੀਂ ਕੀ ਲੈਣੀ ਲੱਗੀ ਪਈ ਆਏ। ਆ ਕੀ ਬਣਾਈ ਜਾਂਦੀ ਬੇਬੇ? ਤੇ ਮੈਂ ਅੱਖਾਂ ਨਾਲ ਹਵਾ ਲੱਗਦੀ ਆ ਨੂੰ ਵਿਚਾਰੀ ਨਾਲ। ਅੱਛਾ ਮਾਂ ਤਾਂ ਬਾਲਾ ਕੋਲੇ ਤੇ ਮੇਰਾ ਜੱਫਾ ਤਾਂ ਸੋਚੂ ਕਿ ਤੇ ਚੱਲ ਮੈਂ ਅੱਖੇ ਇੰਨੇ ਨਾ ਸੋਹਣਾ ਲੱਗੂ ਕਿ ਸੋਹਣਾ ਹੀ ਲੱਗੂਆ, ਸੋਹਣਾ ਤਾਂ ਬਹੁਤ ਲੱਗਦਾ ਪਿਆ ਲੱਗੀ ਯਾਰ। ਇਹ ਤੇ ਨਾਲੇ ਕਈ ਵਾਰੀ ਕਿਹੜਾ ਬੰਦਾ ਕਵੇਂ ਅੰਬਾਨੀ ਅਡਾਨੀ ਆ ਉਹਨਾਂ ਸੇ ਬਣੀਆ ਕਿ ਹੱਗਣ ਦਾ ਵੀ ਟਾਈਮ ਹੈ ਨਹੀਂ। चोखे तो चोखा बोलो 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 छेड़ा ट्रैक्टर का इंजन रखे पे हिंदुस्तान खड़ा इतने चिट्टासगढ़ खड़ा हरियाणा भाई, एक आ पता नहीं रेट है ਮੈਕੂ ਕੇ ਟੋਪੀ ਜੀ ਕਿਵੇਂ ਲਈ ਆ, ਕਿੱਥੋਂ ਲਈ ਭਾਬੀ ਟੋਪੀ ਕਿ ਮਣ ਮਣ ਕੇ ਦਿੱਤੀ ਇਹਨੂੰ? ਹਾਂ ਬਾਈ ਅੱਛਾ 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 ਲਓ ਵੀ ਮਤਰ ਕੰਮ ਸ਼ੁਰੂ ਕਰਤਾ। ਇਧਰ ਬੇਬੇ ਨੇ ਵੀ ਕਹਿੰਦੇ ਸਿਰਾ ਕਰ ਬੜਾ ਸੋਹਣਾ ਬਣ ਗਿਆ ਬੇਬੇ, ਬਹੁਤ ਵਧੀਆ ਬਣ ਗਿਆ, ਵਿਚਾਰੀ ਨੂੰ ਨੈਗ ਰਹੂਗਾ। ਮੈਂ ਬਾਹਰ ਕੀ ਗਿਆ ਪਿੰਜਰੇ ਦਾ ਕੀ ਕਰਤਾ, ਹੋਰ ਬੀਬੀ ਹਵਾ ਨਾ ਜਾਊ ਨਿੱਗੀ ਹੋਈ ਬੈਠੀ ਰਹੂਗੀ ਵਿਚਾਰੀ, ਠੰਡ ਪਤਾ ਕਿੰਨੀ ਆ, ਮਰਨ ਹੋਇਆ ਪਿਆ। ਲਓ ਵੀ ਮਿੱਤਰੋ ਗਜਰੇਲੇ ਦਾ ਤਾਂ ਪਤਾ ਨਹੀਂ, ਉਹ ਤਾਂ ਸਾਡੇ ਘਰ ਦੇ ਲੜੀ ਜਾਂਦੇ ਆ ਗਾਜਰਾਂ ਛਿੱਲਣ ਪਿੱਛੇ ਹੀ, ਇਹਨਾਂ ਨੇ ਇੰਨੀਆਂ ਗਾਜਰਾਂ ਨਹੀਂ ਕਦੇ ਇਕੱਠੀਆਂ ਵੇਖੀਆਂ। ਅਤੇ ਇੱਧਰ ਆਪਣਾ ਚੱਲੀ ਜਾਂਦਾ ਝੋਖੇ ਅਤੇ ਝੋਖਾ, ਝੋਖੇ ਅਤੇ ਝੋਖਾ ਮੈਂ ਕਿਹਾ ਇੱਕ ਸ਼ੱਕਰਕੰਦੀ ਬਣਾ ਲਏ ਅਤੇ ਰਾਜ ਬਾਈ ਵੀ ਪਹੁੰਚ ਚੁੱਕਿਆ, ਪਤੰਗ ਡਾਈਏ ਬਾਈ, ਪਤੰਗਾਂ ਦੇ ਵੀ ਨੇੜੇ ਹੋਈਏ ਯਾਰ ਅੱਜ ਘਰੇ, ਅੱਜ ਆਹੀ ਕੰਮ ਕਰਨੇ ਆ। ਇੱਧਰ ਅੱਗ ਮਚਾਤੀ ਆ ਅਤੇ ਮਾਈਦੀ ਪਈ ਆ ਥੋੜ੍ਹੀ, ਚੱਲ ਲੈਣ ਤੋਂ ਉਦੋਂ ਆਪਣੀ ਸ਼ੱਕਰਕੰਦੀ ਬਣ ਜੂ, ਇੱਕ ਅੱਧਾ ਬੜਾ ਆਈਏ ਆਪਾਂ ਵੱਢ ਕੇ ਤਾਂ ਆਉਣ ਵਾਲੀ ਬੜੀ ਗੱਲ ਹੋ ਗਈ ਨਾ। ਲਓ ਵੀ ਮਿੱਤਰੋ ਟਾਈਮ ਆ ਗਿਆ ਪਤੰਗ ਚੜਾਉਣ ਦਾ, ਥੱਲੇ ਸਾਰੇ ਲੱਗੇ ਪਏ ਆ ਕੰਮ ਲਾਤਾ ਅੱਜ ਸਾਰਿਆਂ ਨੂੰ ਵਿਹਲੇ ਬੈਠਿਆਂ ਨੂੰ, ਅਤੇ ਮੈਂ ਕਿਹਾ 400-500 ਦਾ ਬਣਾ ਲਈਏ ਕੁਛ, ਦੇਖ ਲਓ ਥੱਲੇ ਲੱਗੇ ਪਏ। ਲੱਕੀ ਪਤਾ ਨਹੀਂ ਕੀ ਕਰੀ ਜਾਂਦਾ, ਓਏ ਲੱਕੀ 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 ਕੈਚ ਕਰੀ, ਠੋਕਰ ਸੜਦਾ ਕੈਚ ਕਰੀ। ਉਹ ਸ਼ਕਰ ਕੰਦੀ ਨਾ ਮੱਚ ਜੇ ਆਪਣੀ ਵਿੱਚ ਹੀ ਸਵਾਹ ਹੋ ਗਈ, ਹੋਰ ਕੁਛ ਮੈਂ ਲਿਆਉਂਦਾ ਥੱਲੋਂ, ਟੋਪੀਆਂ ਜਿਹੀਆਂ ਲੈ ਕੇ ਆਉਂਦਾ ਉਂਗਲਾਂ 'ਤੇ ਚੜਾਉਣ ਵਾਲੀਆਂ, ਉਹਦੇ ਬਿਨਾਂ ਗੱਲ ਸਾਹਿਬ ਆਪ ਹੋਏ ਨੇ ਮੂਹਰੇ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਬਹੁਤ ਹੈ ਇੰਨਾ ਕੁ। ਲੱਕੀ ਕਹਿੰਦਾ ਬਾਈ ਗਜਰੇਲਾ ਬਣਾਉਣਾ ਗਾਜਰਾਂ, ਲੱਕੀ ਕਹਿੰਦਾ ਬਾਈ 2 ਕਿਲੋ ਦੇ ਦੇ, ਲੱਕੀ ਕਹਿੰਦਾ 2 ਕਿਲੋ ਦੇ ਦੇ ਗਾਜਰਾਂ। ਲੱਕੀ 2 ਕਿਲੋ ਵਾਲਾ ਕੀ ਸੀਨ ਸੀਗਾ ਪਾਈ, ਆ ਦੁੱਧ ਪਾ ਲੈਣਾ ਸੀ ਹੈ ਨਾ, 2 ਬਦਾਮ ਪਾ ਲੈਣੇ ਸੀ ਆਪਾਂ ਵਿੱਚ ਚਮਚਦ, 3 ਕਿਲੋ ਦੁੱਧ 'ਚ 3 ਕਿਲੋ ਨਹੀਂ ਉਹਦੇ ਵਾਲਾ ਵਧੀਆ ਬਹੁਤ ਬਣਿਆ ਸੀ, ਠੀਕ ਹੈ। ਅੱਜ ਜੀ ਆਪ ਬਣਾਵਾਂਗੇ ਗਜਰੇਲਾ ਘਰੇ, ਕਿਹੜੇ ਯੂਟਿਊਬਰ ਦੀ ਯਾਦ ਆਈ, ਆਹ ਵੇਖ ਹੈਲਦੀ ਫੈਮਿਲੀ।
ਲੱਕੀ ਦਾ ਥਾਮਲੇ ਲੱਕੀ ਐ ਕਰੀਏ ਇਧਰ ਮੂੰਹ ਏ ਲੱਕੀ ਹਣ ਬਾਈ ਬੱਲੇ 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 ਜਿਹੜਾ ਚੌਕਲੇਟ ਵਾਲੀ ਬਰਫੀ ਵੀ ਬਣਾਉਣੀ ਆ ਮੋਰੀਆਂ ਹੀ ਅੱਟ ਕੱਢਦੇ ਥਣ ਪਹਾੜ ਗਿਆ ਮੱਝਦਾ पतंग नवे लेके आते कड़े आप ही तेन ही लेके आए अच्छा वो दो नवे लेके आते पहला पता नहीं पिछले साल वाले कितों पेटियां नहीं कढ़ के लिया चाचना चढ़े नहीं आ राह चाहते एक बुढ़ी ने कूनी मारी मोटरसाइकिल से पातलावा ये चेहरा आही चढ़ा आ सारे बढ़ने अच्छ जिन्हें भी उड्डी जाते जी नहीं हमने थोड़े ही आ एक दो चार पांच इतने उन्ने की आ वढ़ते हैं तो थले का भी सीन सून दिखा वा थले कैस नहीं चलाया हजे तक चुले जी चलाया पे काम वो देख लड़ लड़ के हाँ की चलता कुछ कैद करी पातलावा यार चढ़ाइए टोपियां चढ़ाइए हाथ सुन हो गए ना ये मित्रों कोई गुड्डा चढ़ते ही पे सा दो तिना इतलावान पालिया ज्यादा साढ़े बंदे च फॉल्ट आ मैनू तो इन्ना हिसाब नहीं गा ठीक है तो आता मैं वहीं चढ़ा लेंदा हूँ आ भी चढ़ के थले डिग पा पाड़ता सी करता ही काम पूरा ऐनू आ जा सो आ बड़े पतंग का देखते की बनता यार मेला तो यह भी मसा ही चढ़ूगा अज हवा जी है नहीं गी तो सूरज भी जमा खत्म हो गया बी जो अभी कोठे चढ़े हुए सूरज सेगा तो चढ़न भी हट गए सारे ने तार ले पतंग अज असी लेट हो गए बचा के परले पासे उठ जा परले कोठे ते उठ जा पाड़ूगा मेरे हिसाब ने पैरां च डागे लै गया डोर बहुत बहुत कला तेरे बहुत कला बी बहुत कला बहुत कला गाइस मसा चढ़ाया वो गल वखरी है अपना पतंग ही दोनों साइडों अपना नुकसान फुल ही है यार नहीं होंगे मैं जमा सीधा रखा ठंडी बहुत ज्यादा अज सच्ची ठंड बहुत अज धुप धुप भी नहीं निकली ते हवा भी नहीं चलती बी हवा भी नहीं चलती बी एक ठंड आ सामने दरख्त आ कोई एक पत्ता हिलता दिखा दो एक पत्ता भी नहीं हिलता पिया ਤੇ ਸਾਰਿਆਂ ਨੇ ਪਤੰਗ ਵੀ ਲਾ ਲਏ ਅੱਜ ਅਸੀਂ ਹੋ ਗਏ ਲੇਟ ਅਸੀਂ ਵੱਡਾ ਵੀ ਕੋਸ਼ਿਸ਼ ਕੀਤਾ ਕਿ ਇਹ ਚੜ੍ਹ ਜਾਊ ਇਹ ਵੀ ਮੁੱਦਾ ਹੋ ਜਾਂਦਾ ਹਵਾ 'ਚ ਮੁੱਦਾ ਹੋ ਜਾਂਦਾ ਵਾ ਅਤੇ ਪਤਾ ਨਹੀਂ ਕੀ ਚੱਕਰ ਆ ਜਾਂ ਸਾਨੂੰ ਹੀ ਨਹੀਂ ਆਉਂਦੇ ਚੜ੍ਹਾਉਣੇ ਬਾਈ ਅਤੇ ਠੰਡ ਦਾ ਤੁਸੀਂ ਮੇਰਾ ਅੰਦਾਜ਼ਾ ਤੁਸੀਂ ਇਹ ਲਾ ਸਕਦੇ ਹੁੰਦੇ ਬਾਈ ਮੇਰੇ ਨੱਕ ਵੀ ਵੇਖ ਲਿਆ ਕਰੋ ਨੱਕ ਜਿੱਦੇ ਲਾ ਲਾ ਸਮਝ ਲਓ ਹੋਇਆ ਠੰਡ ਵਾਧੂ ਆ ਸੋ ਟੋਪੀਆਂ ਟਾਪੀਆਂ ਜਾਂ ਕਰੀਏ ਇਕੱਠੀਆਂ ਅਸੀਂ ਨਵੇਂ ਵੀ ਲੈ ਕੇ ਆਏ ਪਤੰਗ ਨਵੇਂ ਵੀ ਲੈ ਕੇ ਆਏ ਇੱਕ ਤਾਂ ਰਾਜ ਬੁੜੀ ਨੇ ਕੂਣੀ ਮਾਰ ਕੇ ਪਾੜਤਾ ਅਤੇ ਚੱਲ ਹੁਣ ਉਹ ਤਾਂ ਕੀ ਕਹਿ ਸਕਦੇ ਹਾਂ ਤੇ ਸਾਰੇ ਪਤੰਗ ਇਕੱਠੇ ਕਰ ਲਾ ਤੇ ਥੱਲੇ ਰੱਖੀਏ ਘਰੇ ਬੁੜੀ ਦੁਬਾਰਾ ਮਿਲੀ ਨਹੀਂ ਇਹਨੂੰ ਅਲਮਾਰੀ ਦੇ ਮਗਰ ਰੱਖ ਦੇਣਾ ਹੁਣ ਆਪਾਂ ਠੀਕ ਆ ਤੇ ਸਾਰੀ ਡੋਰ ਡਾਰ ਇਕੱਠੀ ਕਰਕੇ ਤੇ ਕੱਲ੍ਹ ਨੂੰ ਦੇਖਦੇ ਹਾਂ ਮਿੱਤਰੋ ਕੱਲ੍ਹ ਨੂੰ ਡਾਵਾਂਗੇ ਅਤੇ ਲੋਹੜੀ ਵਾਲੇ ਦਿਨ ਤੱਕ ਐਕਸਪਰਟ ਹੋਣਾ ਮਗਾਨੇ ਪੁੱਤ ਥਾਪੀਆਂ ਮਾਰੀ ਜਾਣਗੇ ਐਵੇਂ ਕੋਠਿਆਂ 'ਤੇ ਖੜ੍ਹ ਕੇ ਫਿਰ ਕੀ ਫਾਇਦਾ ਉਹ ਜੇ ਉਹ ਦੇਖ ਲਓ ਵੀਂਗਾ ਜਾ ਇੱਕ ਇਹ ਉਹ ਕੋਠੇ 'ਤੇ ਦੀਂਦਾ ਬੰਦਾ ਮਾੜਾ ਆ ਜਾ ਡੋਰ ਉਹ ਵੀ ਲਪੇਟ ਲਾ ਗਿਆ ਤਾਰ ਲਿਆ ਉਹਨੇ ਨੰਗ ਉਹ ਤੋਂ ਵੀ ਨਹੀਂ ਚੜਿਆ ਟੱਕਰਾ ਟੁੱਕਰਾ ਟੱਕਰਾ ਟੁੱਕਰਾ ਮਾਰ ਕੇ ਉਹਨੇ ਵੀ ਲਾ ਲਿਆ ਅਤੇ ਬਾਕੀ ਆਪਣਾ ਕਾਈਟ ਮਾਸਟਰ 9 ਤਰੀਕ ਨੂੰ ਆਊਗਾ ਉਹ ਗਿਆ ਵਾ ਜਲੰਧਰ ਸੋ ਜਿੱਦੇ ਆਊਗਾ ਉਹ ਲੋਹੜੀ ਵਾਲੇ ਦਿਨ ਹੁਣ ਦੇਖਣ ਨੂੰ ਮਿਲੂਗਾ ਬੰਦਾ ਮਿੱਤਰੋ ਹੁਣ ਆਪਣੀ ਡਿਊਟੀ ਲਾਤੀ ਅਤੇ ਬੇਬੇ ਕਹਿੰਦੀ ਚੱਕ ਕੰਮ ਬਾਅਦ ਆ ਇੱਥੇ ਇਕੱਠਾ ਕਰਕੇ ਹਾਂ ਬਾਈ ਪਤੰਗਾ ਵਾਲਿਆ ਬਸ ਮਾੜੀ ਹੋਣੀ ਸੀ ਹੋ ਗਈ ਚੱਲ ਕੋਈ ਲਓ ਵੀ ਮਿੱਤਰੋ 300 ਦਾ ਸਮਾਨ ਹੋਰ ਲਿਆਂਦਾ ਸੀ ਇੱਕ ਤਾਂ 100 ਦਾ ਖੋਆ ਲਿਆਂਦਾ ਉਹ 'ਚ ਘਟੂਗਾ ਪਾਈ ਆ ਹਾਂ ਹਾਂ ਪਾਈ ਆ ਖੋਆ ਤੇ ਇਹਦੇ 'ਚ ਸਮਾਨ ਆ ਜਿਹੜਾ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਵੀਰੇ ਤੂੰ ਹੀ ਆ ਨਾ ਹਾਂ लैचिंगा दा चेता भुल गया सो पहला तो बस आनी कपाउनी लक्कड़ जी ठीक है मलठी मैनू बहुत वधिया लगदी बहुत खाधी है हदों वध सियालां दे विच मलठी सारी दिहाड़ी चबण जिहदा नज़ारा ही बहुत आउंदा वा ते हुण इह मेरे कोल ही रहणी आ अपने रूम दे विच
चल बस जिनी पानी पालो भाई, बाकी चाह चू तो सिरा ही हो जाता काम। खा खा सा काली लियानी सी, काली पा लेनी सी आप। मग जा काजू टोटा ते आह वाह, ये सारा समान चीर के सैट कर मित्रो। हजे ना एक चीज़ रह गई, लैचियां। लैचियां घरे है नहीं सी, ते फिर मैं क्या ले आईए लैचियां का टेस्ट ना हजे खोआ बनया नहीं, हजे दुध जा ते विच ही रच जूगा, बाद उन्होंने बुन के कढ दांगे ठीक है। पूरा खोआ बन तो पहले उत्ते उत्ते जा आ जाएगी, कुट के जो पा दें रठी पाती। अज थोनू मैं बनाना सिखा रहा थोनू, बस स्वाद लो देख के, होर कुछ नहीं। नवे मित्रो आ गया सारा समान, आ खोपा रखे इच ठीक है। लैचियां तो बच्चे सैटतियां, बाकी समान चीरन वाला तो बची रह गया। शकर कहती कुछ इन्नी पैकिंग किवें वधिया हो गई, मैं तो एक ही लेके आया सी उत्थों लियांदी मैं राह च ते मेरे वाली ओह तो विच ही फूकती मेरे हिसाब नाल, ओह भी सवाद सी जिहड़ा। उधर मैकू लगी पई है कहिंदे गाजरां, ओए मैकू मैकू ओए गाजरां चक्की जांदियां पहला दो खा के शुरू करिए काम। लो मित्र करता कोतरा खोपे का, तो काजू बेचारे थोड़े जे रह गए। बादाम कित्थे आ भाभी, हैगे आ? लो वी मित्रो बाकी खोआ खुआ जदों बनूगा देखी जाऊगी, दुध जिहा ते खंड जी मिक्स करके लै चले जा। आ गया डैड जी, तू भी खाएंगी गर्म है हजे ये खंड जी खुर लें बिच। ओए होए 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 चूत मरी पई है कट्टा करना पूगा। कोई ना कुछ नहीं होया, कुछ नहीं होया। ए की जमा टाइम ते हाथ मारिया माड़ा, मैं वीडियो की ऑन कर लगा। गाई सा रबड़ी जी इन्नी सवाद लगती है ना, आए हाए मैकू का पूतरी पई है, मैकू का पूतरी फिर गया मुंह वाल वेड़िया। खाले 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 ले ले खा ला खा ला। वाह भाई वाह, मैं तो रबड़ी की कौली फिर भरा आया सी। छित्तर वाला की है भाई यार, खान नहीं बनाई जाने वादू आ ही नहीं है। तो आ गाजर का की करिए जूसर च पा लें लगी ना, पहले जूस कट लें जी लैद जी कटू वह गजरेला बना लें। यदा लाओ ढक्कन बई, दो दो सीटियां मरा के कूकर दिया सैटता बिच, तो अच वो वीडियो वाला काम ना हो वे। डिबेट बाली वादी आ कुंडियां हटदियां मम्मी दियां बेबे नाल भाभी दियां फिर तिन्नां दियां आपस च बोले 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 गुजिया तुझी तो चॉकलेट वाली बर्फी बनाउंदे आ जे आ डुल जे मुक गया पुत, मुक गया हुण कौली थोड़ो खानी आ छड़ दे। हाय 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 मित्रो फिर नेड़े हो गया सी, अड़ा वेखू ए स्वाद आ चक ला खा ला, मौका लगन गया इहनू भाभी दे दी खा ला पुत। पाचन शक्ति नहीं इन्नी तेरी तगड़ी ना, से आ से आ से आ से आ से ना ना। हुण तां मैं खाणा हणा बाबी मैकू नाप तू नहीं नहीं नो चल माड़ा जिहा खाणा देखी किन्ने स्वाद दा छड़ दिंदी आ उदे वेंदी वेखी तू खावे ਮੈਕੂ ਤੈਨੂੰ ਕੀ ਦਿੰਦਾ ਏ ਮੈਕੂ ਆ ਹੈ ਓ ਕੀ ਆ ਹੈ ਚੈਰੀ ਨਹੀਂ ਕੀ ਤੂੰ ਕੀ ਨਾ ਲੈਂਦੀ ਹੁੰਦੀ ਆ ਡੁੱਗੀ ਮੱਤ ਜਾਣਾ ਪੈ ਇਸ ਟੈਫੀ ਕੇ ਨੂੰ ਬਾਬਾ ਬਣ ਗਿਆ ਨਾ ਲੰਘ ਜਾਣਗੇ ਦੋ ਤਿੰਨ ਦਿਨ ਤਾਂ ਗਰਮ ਗਰਮ ਨਹੀਂ ਹੈਪੀ ਇੱਕ ਵੀਡੀਓ ਜਿੱਚ ਕਹਿੰਦੇ ਆ ਓਏ ਖੋਆ ਕੱਟੀ ਜਾਂਦੀ ਰਹਾ ਉਹਨਾਂ ਦਾ ਚੁੱਲਾ ਆ ਗਿਆ ਆਦਾ ਵਿੱਚ ਲਾ ਮੰਮੀ ਰੋਟੀਆਂ ਇਹਦੇ ਚ ਲਾ ਲਾ ਤੰਦੂਰ ਬਣਿਆ ਪਿਆ ਬਾਲਾ ਵੱਡਾ ਤੰਦੂਰ ਹੈਪੀ 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 ਓਏ ਕੋਹ ਬਣਾਈ ਉਹਨੇ ਯਾ ਮੈਕੂ ਨੂੰ ਲਿਆ ਇੱਥੇ ਹਾਂ ਭਾਈ ਤੈਨੂੰ ਨਹੀਂ ਮਿਲਦਾ ਮਿੱਠਾ ਖਾਣ ਨੂੰ ਹੈ ਤੇਰੇ ਵਾਸਤੇ ਨਹੀਂ ਮਿੱਠਾ ਨਹੀਂ ਖਾਣਾ ਪੁੱਤ ਬੈਠੀ ਰਹਿ ਤੁਸੀਂ ਅੱਗ ਸੇਕ ਇੱਥੇ ਆ ਜਾ ਨੇੜੇ ਆ ਜਾ
ਉਹ ਚੱਕੂ ਮਲੱਠੀਆਂ ਕੱਢ ਕੇ ਸੁੱਟੀਆਂ ਜਾ ਰਹੀਆਂ। ਲਓ ਵੀ ਮਿੱਤਰੋ ਮੰਮੀ ਨੇ ਸੱਚੀ ਰੋਟੀ ਲਾ ਗਈ ਵਿੱਚ ਤੰਦੂਰ ਦੀ, ਮੈਂ ਤਾਂ ਜਾਣ ਕੇ ਗੱਲ ਕਰੀ, ਮੈਂ ਕਿਹਾ ਤੂੰ ਖਾਣੀ ਹੈ ਰੋਟੀ, ਤੈਨੂੰ ਤਾਂ ਊਂ ਨਾ ਦਈਏ। ਬਣ ਚੱਲਿਆ ਕਿ ਨਹੀਂ ਭਾਬੀ, ਕਿੰਨਾ ਕੁ ਟਾਈਮ ਲੱਗਦਾ? ਪਾ ਮੈਂ ਪਲੇਟ ਲਈ ਬੈਠਾ ਕਰੂੰ ਦਾ ਨਾ 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 ਇੰਨਾ ਤੱਤਾ ਕਾਲਾ ਵੀ ਨਹੀਂ ਹਨਾ ਮੇਕੂ, ਏ ਮੇਕੂ ਨੇ ਤਾਂ ਖਾ ਲਿਆ, ਮੈਂ ਤੇ ਮੇਕੂ ਨੇ ਤਾਂ ਖਾਧਾ ਵਾ, ਥੋੜ੍ਹਾ ਥੋੜ੍ਹਾ ਹੀ ਖਾਧਾ ਵਾ ਹਨਾ ਵੀ ਮੇਕੂ, ਤੂੰ ਕਹਿੰਦਾ ਰੌਲਾ ਪਾਇਆ ਬਾਈ ਜਾ ਟੇਕ ਕੇ। ਲਓ ਵੀ ਮਿੱਤਰੋ ਚੀਰ ਲਿਆ ਸਾਰਾ ਸਮਾਨ, ਬਦਾਮ ਬਦੂਮ ਵੀ ਖਾ ਲਈਆਂ, ਰੋਟੀਆਂ ਤੰਦੂਰ ਵਾਲੀਆਂ, ਅਤੇ ਹੁਣ ਬਾਈ ਮੇਰੇ ਕੋਲ ਪਹੁੰਚਦਾ ਕਰ ਦਿਓ, ਮੈਂ ਲਾਈਵ ਲੂਈਵ ਕਰਦਾ ਜਾ ਕੇ, ਠੀਕ ਹੈ? ਆਪਾਂ ਚੱਲਦੇ ਹਾਂ ਬਾਈ, ਲੱਸੀ ਵੀ ਪੀ ਲਈ ਠੰਡ 'ਚ ਬਾਈ, ਛੱਡਦੇ ਹੀ ਕੁਛ ਨਹੀਂ, ਰੱਜ ਪੁੱਜ ਗਏ। ਲਓ ਵੀ ਮਿੱਤਰੋ ਘੜੀਏ ਪੀ ਸੀ ਪੂਸੀ, ਹੁਣ ਗੇਮ ਗੂਮ ਖੇਡਦੇ ਹਾਂ, ਲਾਈਵ ਕਰਨ ਤੋਂ ਪਹਿਲਾਂ ਵਿੱਚ ਸਮਾਨ ਹੀ ਪਾ ਦਈਏ, ਹਾਏ ਜੇ ਮੈਂ ਮੁੱਠੀਆਂ ਭਰ ਭਰ ਖਾ ਜਾਂ ਸਾਰਾ ਆਹ ਸਮਾਨ। ਵਿਹਲੇ ਹੋ ਚੱਲੇ, ਲਾਈਵ ਫੇਰ ਹੀ ਕਿਸੇ ਦਿਨ ਕਰਾਂਗੇ, ਤੂੰ ਖਾ ਵੀ ਹਟੀ ਰੋਟੀ ਹੈ ਜਿਹੜੀ ਮਾਸੀ ਜਣੇ ਆ ਅੱਗੇ, ਮੈਂ ਦੋ ਰੋਟੀ ਖਾਣੇ ਨੇ ਅੱਜ। ਹਾਂ ਬਾਈ ਮੈਕੂ, ਮੈਕੂ ਦਾ ਨੰਬਰ ਸਾਰਿਆਂ ਨੂੰ ਪਹਿਲਾਂ ਨਾ ਕਰ ਦਿੰਦੇ, ਕਿੰਨਾ ਕਰਕੇ ਬਹੁਤ ਆ ਨੇੜੇ ਆ ਕੰਮ, ਨੇੜੇ ਆ ਮਿੱਤਰ, ਉਹ ਆਪਣਾ ਗਜਰੇਲਾ ਜਿਹਾ ਬਣ ਕੇ ਤਿਆਰ ਹੋ ਗਿਆ, ਜਿਵੇਂ ਮੈਂ ਕਹਿੰਦਾ ਵਧੀਆ ਬਣ ਗਿਆ ਨਾ ਭਾਬੀ, ਮੇਨ ਚੀਜ਼ ਖਾਣ ਵਾਸਤੇ ਬਣਾਉਣ ਨਾਲੋਂ ਮੈਂ ਕਹਿੰਦਾ ਜ਼ਿਆਦਾ ਆਪਾਂ ਇੰਜੋਏ ਕੀਤਾ ਬਣਾਉਣ ਦੇ ਵਿੱਚ, ਹਨਾ ਜਦ ਸਾਰਾ ਟੱਬਰ ਇਕੱਠਾ। ਹਾਂ ਰੀਲਾਂ ਦੱਸਣ ਨੂੰ ਸੁਰਤ ਮਿਲ ਗਈ ਹੋਵੇ ਤਾਂ, ਸੁਰਤ ਮਿਲ ਗਈ ਹੋਵੇ ਤਾਂ ਮੈਨੂੰ ਦੋ ਚਾਰ ਕੰਮ ਦੀਆਂ ਗੱਲਾਂ ਕਰ ਲੈਂਦੇ, ਮਾੜਾ ਜਿਹਾ ਚਲਾ ਕੇ ਥੋੜ੍ਹਾ ਜਿਹਾ ਹੋਰ ਸਿਖਾ ਲੈਂਦੇ ਇਹਨੂੰ, ਉਹ ਤਾਂ ਇੰਨਾ ਕੀ ਰਹਿ ਗਿਆ ਵਿਚਾਰਾ, ਇਹਦੇ ਨਾਲ ਗਾਏ ਸਾਰਾ ਟੱਬਰ ਇਕੱਠਾ ਹੋ ਕੇ ਮਹਿੰਗਾ ਲੜਦਾ ਹਾਸਾ ਮਜ਼ਾਕ, ਇੱਕ ਦੂਜੇ ਦੇ ਮੂੰਹ ਨੀ ਵਿੱਚ ਥੁੰਗਾ ਮਾਰਨ ਵਾਲਾ ਕੰਮ। ਸੋ ਇਹ ਚੀਜ਼ ਉਦੋਂ ਹੀ ਹੁੰਦੀ ਹੈ ਜਦੋਂ ਸਾਰੇ ਜਣੇ ਇਕੱਠੇ ਹੋਣ, ਜ਼ਿਆਦਾ ਜਦੋਂ ਘਰੇ ਕੋਈ ਪ੍ਰੋਗਰਾਮ ਹੋਵੇ, ਫੈਸਟੀਵਲ ਵਾਂਗੂ ਬਣਾਇਆ ਸਾਡੇ ਘਰਦੇ ਨੇ। ਹਾਂ ਖੋਆ ਫੜਾਇਆ ਕਿ ਮੈਂ ਕਿਹਾ ਥੋੜ੍ਹਾ ਮੇਕੂ ਨੂੰ ਖਵਾ ਦੇ, ਤੇ ਆਪ ਹੀ ਚੱਕ ਗਈ, ਤੇ ਜਿਹੜਾ ਵੈਸੇ ਖੋਆ ਐਕਸਟਰਾ ਲੈ ਕੇ ਆਉਂਦਾ ਉਹ ਵੀ ਵਿੱਚ, ਪਤਾ ਕਿੱਧਰ ਗਿਆ ਉਹ ਆਹ ਵਿੱਚ ਜਿਹੜੀਆਂ ਨਿੱਕੇ ਨਿੱਕੇ ਚਟੀਆਂ ਚਟੀਆਂ ਡਲੀਆਂ ਜਿਹੀਆਂ ਦੀਆਂ ਉਹਦੀਆਂ ਵਾ, ਤੇ ਜਾਂ ਇਹ ਕਾਜੂ ਕੂਜੂ ਹਨਾ, ਨਹੀਂ ਇਹ ਤਾਂ ਕਾਜੂ ਆ, ਇਹ ਤਾਂ ਕਾਜੂ ਆ। ਤੇ ਚੈਰੀ ਵੀ ਇੱਥੇ ਚੁੱਲ੍ਹੇ ਕੋਲੇ ਨਿੱਕੀ ਜਿਹੀ ਹੋਈ ਬੈਠੀ ਸੀ, ਇਹਨੂੰ ਵੀ ਲੈ ਕੇ ਚੱਲਦੇ ਅੰਦਰ, ਤੇ ਗੇਮ ਖੇਡਣੀ ਹੁਣ ਅਨਚਾਰਟਡ, ਤੇ ਅੱਜ ਖੇਡਦੇ ਹਾਂ ਸਟੋਰੀ ਵਾਲੀ ਗੇਮ, ਜਾ ਕੇ ਹੁੰਦੇ ਹਾਂ ਗੇਮ ਦੇ ਵਿੱਚ ਜਾ ਕੇ ਇਮੋਸ਼ਨਲ, ਰੋਣੇ ਧੋਣੇ ਵੀ ਹੋ ਸਕਦੇ ਉਹਦੇ 'ਚ, ਇਹ ਨਹੀਂ ਪਤਾ। ਚੱਲ ਬਾਈ ਚੱਲ ਚੈਰੀ, ਬੀਬੀ ਨੇ ਬੋਰੀਆਂ ਜਿਹੀਆਂ ਲਾ ਤਾ ਅਤੇ ਹੋਰ ਜੀ ਬਣਾ ਤਾ ਇਹਨੂੰ, ਚੱਲ ਕੋਈ ਨਾ ਵਿਚਾਰੀ ਨੂੰ ਕੋਈ ਅਸਰ ਹੀ ਹੋਊਗਾ। ਮੈਂ ਬੀਬੀ ਨੂੰ ਕਿਹਾ ਸੀ ਕਿ ਨਾ ਲਾ, ਫਿਰ ਮੈਂ ਕਿਹਾ ਚੱਲ ਰੋਂਦੀ ਤਾਂ ਲਾ ਲੈਂਦੇ, ਜਿਸ ਤਰ੍ਹਾਂ ਜਿਹਾ ਕਰ ਲੈਂਦੇ ਆਪਦਾ, ਤੁਹਾਨੂੰ ਪਤਾ ਹੀ ਆ ਬੁੜੀਆਂ ਦਾ ਕੰਮ। ਲੈਟਸ ਗੋ ਬਈ, ਆਹ ਲਾਈਟਾਂ ਲੂਟਾਂ ਲਾਈਆਂ ਪਈਆਂ, ਰੰਗੀਨ ਕੀਤਾ ਪਿਆ ਪੂਰਾ ਕਮਰਾ, ਹੁਣ ਅਖੀਰ ਤੇ ਟੇਸਟ ਕਰਨ ਦਾ ਟਾਈਮ ਆ, ਪਤਾ ਨਹੀਂ ਮਿੱਠਾ ਮੁੱਠਾ ਕਿਵੇਂ ਹੋਊਗਾ। ਸਿਰਾ ਬਹੁਤ ਘੈਂਟ ਬਣਿਆ ਬਾਈ, ਮਿੱਠਾ ਮੁੱਠਾ ਘਰਦਿਆਂ ਨੂੰ ਪੂਰਾ ਹਿਸਾਬ ਹੁੰਦਾ ਕਿ ਕਿੰਨੇ ਕਿਲੋ ਖੋਜ 'ਚ ਕਿੰਨਾ ਮਿੱਠਾ ਮੁੱਠਾ ਪੈਣਾ, ਅਤੇ ਜਿਹੜੀ ਉਹ ਕੜਾਹੀ ਆ, ਡੈਡੀ ਦੱਸਦੇ ਕਿ ਘੱਟੋ ਘੱਟ ਹੁਣ ਤੱਕ ਕੁਛ 10 ਕੁਇੰਟਲ ਦੁੱਧ ਦਾ ਖੋਆ ਕੱਢਦਾ ਹੋਊਗਾ। ਬਹੁਤ ਪੁਰਾਣੀ ਕੜਾਹੀ ਆ ਬਾਈ, ਸ਼ੁਰੂ ਤੋਂ ਮੈਂ ਉਹੀ ਦੇਖਦਾ ਆ ਰਿਹਾ, ਪੰਜੀਰੀਆਂ ਪੰਜੂਰੀਆਂ ਪਤਾ ਨਹੀਂ ਕਿਹੜੇ ਕਿਹੜੇ ਰਿਸ਼ਤੇਦਾਰਾਂ ਨੂੰ ਬਣਾ ਬਣਾ ਦਿੱਤੀਆਂ ਵਾ, ਪੁੱਛੋ ਹੀ ਨਾ। ਫਿਰ ਆ ਮੁੰਡੇ ਸਿਰ ਨੀ ਝੁਕਾਉਂਦੇ, ਮਾਰਨਾ ਮਨਜ਼ੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ, ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਕਹਿਲੀ, ਮੁੰਡਾ ਪੱਟਿਆ ਰੱਖਾਂ ਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨਹੀਂ ਮੈਂ ਬੋਲਦਾ, ਨਹੀਂ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।